ਅਸਲਾਮ ਅਲੈਕੁਮ ਜੀ ਅੱਜ ਸਵੇਰ ਸਵੇਰ ਦਾ ਟਾਈਮ ਹੈ ਤੇ ਸਵੇਰ ਸਵੇਰ ਉਸੋ ਸਾਰਾ ਤੇ ਇਹ ਟਰੱਕ ਤਿਆਰ ਕਰਤੇ ਆ ਅਸੀਂ ਜਾ ਰਹੇ ਆ ਸਲਮਾ ਨਾ ਜਗ੍ਹਾ ਤੁਸਾਂ ਬਾਕੀ ਗੱਲਾਂ ਬਾਤਾਂ ਦੱਸਦੇ ਆ ਖਾਨ ਵਿੱਚ ਬੈਠੇ ਆ ਤੇ ਤੁਸਾਂ ਵਿੱਚ ਦੱਸਦੇ ਆ ਤਫਸੀਲ ਅਸੀਂ ਬੈਨੇ ਕਿਧਰਾਂ ਠੀਕ ਹੈ ਜੀ ਘਰੋਂ ਮੈਂ ਨਿਕਲਿਆ ਤੇ ਮਾਸ਼ਾਅੱਲਾ ਟਰੱਕ ਅਸਲਾਮ ਅਲੈਕੁਮ ਜੀ ਲਾ ਲਾ ਕੀ ਰੱਖੇ ਨੇ ਪੈ ਪੈਰੇ ਕੀ ਵੀ ਉਹ ਜੀਂਦੇ ਰਹੇ ਉਹਦੇ ਪਾਣੀ ਦੇ ਫਰੈਸ ਕੀ ਪੈਸਾ ਲਾ ਲਾ ਮੈਂ ਤੇ ਨਾ ਚਾਦੂ ਸ਼ਾਦੂ ਆਂਦੀ ਮੈਂ ਕਿਹਾ ਦੇਸੀ ਇਨ ਪੈਂਡੂ ਉਹਨਾਂ ਆ ਕੇ ਆਤਰ ਦੇਸੀ ਇਨ ਅਮਰੀਕਾ ਕੇ ਹਾਂ ਬਿਸਮਿਲ੍ਲਾ ਰਹਿਮਾਨ ਰਹੀਮ ਚਲੋ ਜੀ ਵਾ ਜੀ ਚਲ ਖਾਨ ਸਾਹਿਬ ਅਲਹਮਦੁਲਿਲਾ ਸੁਭਾਨ ਅਲਲਜ਼ੀ ਸਖਨਾ ਹਾਦਾ ਵਮਾ ਕੁਨਾ ਲਹੁ ਮੁਕੀਨ ਵਇਨਾ ਇਲਾ ਰਬਨਾ ਲਮੁਨਖਲਬੂਨ ਸੁਭਾਨ ਅਲਲਾਹ ਤਾਬੂਨ ਹਲਾ ਚਲ ਆ ਕੇ ਖਾੜ ਜਰੀ ਪਤਾ ਲੱਗੇ ਤਾਬੂ ਅਲਾ ਅੱਛਾ ਮੈਂ ਦੇਖਣਾ ਨਜ਼ਰ ਕਲੀਅਰ ਕਰ ਰਿਹਾ ਇਹ ਜੀ ਸਾਡੇ ਘਰ ਮਸਜਿਦ ਰਾਏ ਸ਼ਹਿਰ ਦੇ ਇਸਲਾਮਿਕ ਸੋਸਾਇਟੀ ਆਫ ਹਾਈ ਪੁਆਇੰਟ ਅੱਗੇ ਦੇਖ ਤੂੰ ਤੂੰ ਮੋਬਾਈਲ ਲੱਗਿਆ ਲਾਲਾ ਤੇ ਕੀ ਦੀਏ ਨਾ ਹੋ ਯਾਰ ਇਹ ਜੀ ਇਹ ਜੀ ਨਵੀਂ ਪਾਬੰਦੀ ਇਸੇ ਪੇਸ਼ੇ ਇਮਾਮ ਸਾਹਿਬ ਹੁਣ ਸਾਡੇ ਬਹੁਤ ਹੀ ਹਰਦਿਲ ਅਜ਼ੀਜ਼ ਡਾਕਟਰ ਰਜ਼ਾ ਜਲਾਲ ਸਾਹਿਬ ਏ ਸੀ ਕਿਉਂ ਲਾਇਓ ਲਾਲਾ ਬੰਦ ਕਰ ਸਭ ਬੰਦ ਕਰੋ ਫੌਰਨ ਫੌਰਨ ਬੰਦ ਕਰੋ ਮਸੀਨ ਮਾਰਕੀਟ ਬਾਹਰ ਅੱਛਾ ਸੁਬਹ 7:30 ਵਜੇ ਅੱਛਾ ਉਹ ਡਾਕਟਰ ਰਜ਼ਾ ਜਲਾਲ ਸਾਹਿਬ ਇੰਡੀਆ ਦੇ ਜਮਲ ਅਜ਼ਹਰ ਇਜਿਪਟ ਮਿਸਰ ਚ ਪੜ੍ਹੇ ਫਾਰੋ ਤਹਿਸੀਲ ਹੁਣ ਪੀ ਐਚ ਡੀ ਡਾਕਟਰ ਤੇ ਉਹ ਇੱਧਰ ਕਿੱਥੇ ਮੀ ਮੀਲ ਹੋ ਨਾ ਇੱਧਰੋਂ ਇੱਕ ਘੰਟਾ ਤੇ 45 ਮਿੰਟ ਹੁਣ ਤੇ ਮੀਲ ਹੈ ਮੀਲ ਕਿੱਥੇ ਨੇ ਇੱਕ ਘੰਟਾ ਤੇ 45 ਮਿੰਟ ਮੈਂ ਲੈ ਪੌਣ 2 ਘੰਟੇ 7:30 ਹੋ ਗਏ ਤੇ ਐ ਸਾਊਥ ਜਾ ਸੇ ਨਾਰਥ ਜੀ ਨਾਰਥ ਜੀ ਨਾਰਥ ਅੱਛਾ ਜੀ ਅਮਜਦ ਸਾਹਿਬ ਬਚਾ ਕੇ ਨਾ ਇਹ ਟਰੱਕ ਪਰਸਾਂ ਸੀ ਆਪੇ ਹੀ ਅੱਲਾ ਖੈਰ ਕੀਤੀ ਕਿਤੇ ਇਹ ਦਿਨ ਗ੍ਰੀਨ ਚਲਾ ਗਿਆ ਕਿਹੜਾ ਇਲਾਕਾ ਹੈ ਮਤਲਬ ਸਾਊਥ ਹੈ ਸਲਮਾ ਸਲਮਾ ਜਾ ਕੇ ਇਹ ਉਸ ਤੇ ਰਾਲੇ ਦੇ ਬਿਲਕੁਲ ਨੇੜੇ ਉਹ ਮਿਲ ਕੇ ਤਨ ਦੱਸ ਦੇ ਤੇਰਾ ਕੋ ਨੈਟ ਵੀ ਉੱਕਿਆ ਤੈਨੂੰ ਕਿਹੜਾ ਕਿਹੜਾ ਨੈਟ ਗੱਲ ਨਹੀਂ ਨੈਟ ਮੈਂ ਪਹਿਲੇ ਲਾਇਆ ਤੇ ਉਹ ਬਟ ਹੁੰਦਾ ਤੇ ਉਹ ਨਹੀਂ ਲੱਭਦਾ ਪਸੰਦ ਮੀਲ ਆਉਣ ਤੇ ਪੌਣੇ 2 ਘੰਟੇ ਦਾ ਸਫ਼ਰ ਠੀਕ ਹੈ ਜੀ ਮਤਲਬ ਨਾਰਥ ਜੀ ਅੰਜ ਸਾਹਿਬ ਉਹ ਆ ਗਏ ਅੰਜ ਸਾਹਿਬ ਉੱਧਰ ਮੈਨੇਜ ਜਗ੍ਹਾ ਦੇਵਾਂ ਸਭ ਇਹ ਥੈਲੀ ਛੱਡ ਕੇ ਅਟਾਕ ਰੱਖਿਆ ਨਾ ਪਿੱਛੇ ਸਾਡੇ ਨਾ ਇਸੇ ਸਿਰ ਪਿੱਛੇ ਸਾਡ ਤੋਂ ਬਾਕੀ ਤੋਂ ਪੈਰ ਪੈਰ ਹੋ ਬਿਲਣਾ ਇਸੇ ਇਸੇ ਜਾ ਆਓ ਜੀ ਅੱਛਾ ਆ ਗਿਆ ਮੈਂ ਆ ਗਿਆ ਤਲੇ ਆ ਗਿਆ ਵਸ ਮਾਲੂ ਸਲਾਮ ਰਹਿਮਤੁਲਲਾ ਇਹ ਪਿੱਛਾ ਦੇਖ ਕੇ ਲੈਣਾ ਜਿਹੜਾ ਤੁਸੀਂ ਇਹ ਹਾਲ ਦਾ ਟਰੱਕ ਹਾਂ ਜੀਪੀਐਸ ਚਾਦਰ ਆਂਦੀ ਪਰ ਫਜ਼ੂਲੀ ਕਿਉਂ ਸਰ ਸੁਬਹ ਬਹੁਤ ਠੰਡ ਹੈ ਮੈਂ ਚਾਦਰਾਂ ਵੀ ਸਕਦਾ ਚਲੋ ਜੀ ਅੱਲਾ ਲਖਾ ਸਲਾ ਤੁਸੀਂ ਰਾਹ ਦੇ ਨਾਲ ਦੱਸ ਪੈਣੇ ਜੀ ਕੀ ਕੀ ਹੈ ਤੇ ਇਸ ਇਲਾਕੇ ਦੀ ਬੜੀ ਖੁਸ਼ਕਿਸਮਤੀ ਵਾਪਸ ਪੈਂਦੇ ਬੇਸੀ ਦੇ ਇਨਸਾਨ ਬੜੇ ਨਾਈਸ ਹੋ ਸਾਰਾ ਕੁਝ ਹੁੰਦਾ ਪਰ ਬੇਸੀ ਦੇ ਇਨਸਾਨ ਬੜੇ ਅਲੱਗ ਚਲ ਕਰਦੇ
Tú sabes, pastor, el radio de este venegi, chiqui, chalo. La samo de construction la aquí, por ya se rale por ponche. Que se rale que le canción. Rale para que tarfi pro vam karo Capital City. Capital City rale. Capital City. North Carolina دا دو بڑا شہر ہے اچھا پہلے شارلٹ ہے رالے پھر یہ رالے پہلے آ رکھوا اچھا وہ کوپاڑے دے پھر کے کرسا اے رالے تے درم رالے مطلب یہ درم جو پیسے لگنے ہیں جی تے درم مشہور ہے نارتھ کرلانا چیل اور میڈیکل دی یونیورسٹیز تقریبا ملک دی سب تو اچھی یونیورسٹی میڈیکل دی جو سٹوڈنٹ تعلیم حاصل کرتے ہیں ਇਹ ਕਿਹੜਾ ਇਲਾਕਾ ਹੈ ਜੀ ਇਹ ਜੀ ਰਾਲੇ ਦੇ ਇਲਾਕਾ ਹੈ ਰਾਲੇ ਦਾ ਰਾਲੇ ਹੀ ਪਛਾਣਦੇ ਆ ਰਾਲੇ ਦਾ ਸਬਰ 40 ਈਸਟ ਪੇ ਬੰਦਾ ਨਾ ਰਾਲੇ ਸਬਰ ਇਹ ਜਾ ਉਧਰੋਂ ਚਲੋ ਤਾਂ ਤਕਰੀਬਨ 3000 ਮੀਲ ਬੋਦੇ ਚਲੋ ਤੇ ਸਿੱਧਾ ਤੇ ਤੁਸੀਂ ਕੈਲੀਫੋਰਨੀਆ ਦੇ ਪਰਸ ਵਾਲਾ ਹੈ ਕੋਨਾਂ ਚਲੋ ਦੇ ਆ ਆਈ ਆ ਮਸੂਦ ਬਲਾ ਆਈ ਆ ਬਿਜਾ ਮਤਲਬ ਉਧਰੋਂ ਬੋਰ ਜਾਂਦੇ ਵੈਸੇ ਨਾ ਇਹ ਇਸ ਤੇ ਪੈਸੇ ਬੈਣੇ ਨਾ ਉਧਰ ਵੈਸੇ ਚਲੋ ਨਾ ਸਿੱਧਾ ਤੇ ਕਿਸੇ ਪਾਸੇ ਨਾ ਮੜੋ ਸਿੱਧਾ ਤੇ ਅਤਰਾ ਹਜ਼ਾਰ ਮੀਲ ਮੋਤੇ ਪੈਸੇ ਨੇ ਸਦਾ ਜੀ ਲੋਕ ਜੀ ਤਕਰੀਬਨ 3000 ਜੋਲ ਵਰਸੋ ਦੋ ਤੁਸੀਂ ਗੱਲ ਹੈ ਕਿੰਨਾ ਸਾਫ ਸੁਥਰਾ ਦਾ ਇਹ ਕੋ ਦੋ ਤਰੇ ਮਤਲਬ 3000 ਦਾ ਸੈਕਲ ਕੋਈ ਨਹੀਂ ਨਾ ਪੰਜ ਦਾ ਦੇ ਨਾ ਇਹ ਸੀ ਹੁਣ ਮਤਲਬ ਆ ਗਏ ਐਗਜ਼ਿਟ ਪੇ ਕਿੰਨੇ ਮਸਜਿਦ ਦੇ ਨੇੜੇ ਨੇੜੇ ਆ ਗਏ ਮਸਜਿਦ ਦੇ ਰਹਿੰਦੇ ਯਾਰ ਨਾ ਘਰ ਸਾਜੀ ਕੇ 5 ਮਿੰਟ ਦਾ ਹਲ 5 ਮਿੰਟ ਰੋਤ ਕਾਰ ਨੇ ਅੱਛਾ ਜੀ ਚਲੋ ਇਹ ਅਸੀਂ ਇਸ ਇਲਾਕੇ ਆ ਗਏ ਇਸ ਇਲਾਕੇ ਦਾ ਨਾਮ ਸਲਮਾ ਸਲਮਾ ਕੋ ਮਿਲ ਗਿਆ ਬਲਮਾ ਸਲਮਾ ਹਮਕੋ ਛੋੜ ਚਲੀ ਦਾ ਨਾ ਇਹ ਇਹ ਕਿਸ ਦਾ ਨਾਮ ਰੱਖਾ ਸੀ ਕਿ ਗੋਰੀ ਨਾ ਸੀ ਪੁਰਾਣਾ ਸਲਮਾ ਦਾ ਇਹ ਨੋ ਤੱਕ ਪਤਾ ਨਾ ਉਸ ਬਾਬੂ ਦਾ ਨਾਦਰਾ ਸਰਤੇ ਜੀ ਆਪੁਰ ਕਰਦੇ ਨਾ ਉਹ ਜੋ ਲਾਲ ਲੈ ਕੋ ਸੀ ਤੇਰੇ ਮੈਂ ਕ੍ਰਿਸਟੀਨ ਵੈਸਟ ਐਂਡਰਸਨ ਸਟਰੀਟ ਵੈਸਟ ਐਂਡਰਸਨ ਆ ਲਾ ਉਹ ਦੇ ਕਿ ਵੈਸਟ ਐਂਡਰਸਨ ਨੋ ਥੋੜ ਬਾ ਟਰੱਕ ਨਹੀਂ ਖਲਾ ਗਿਆ ਸੀ ਟਰੱਕ ਨਹੀਂ ਖਲਾ ਨੋ ਦੇ ਕਿ 0.5 ਮਾਈਲ ਤੋਂ ਰਿਵਰ ਰੋਡ ਰਾਈਟ ਬੜੇ ਰਾਈਟ ਆ ਅਦਰ ਮੀਨ ਸਮਝ ਗਿਆ ਇਹ ਆ ਗਿਆ ਸਭ ਜਿਹੜ ਪੂਰਾ ਬ੍ਰਿਗੇ ਜਿੱਦ ਜੋ ਐਗਜੈਜ ਹੀ ਯਾਰ ਕੁਛ ਹੈ ਮਤਲਬ ਸਾਰਾ ਆਈ ਪਾਉਣ ਦੇ ਗਰੀਏ ਫਿਰ ਇਹੀ ਹੈ ਜਿਹਦੇ ਜੁਲ ਇਹ ਹਿਸਾਬ ਹੈ ਪਾਕਿਸਤਾਨ ਨੇ ਕਿਤੇ ਚੇਂਜ ਹੋ ਗਈ ਆ ਇਹ ਗਰਾ ਸੋਣਾ ਤੋ ਗਰਾ ਸੋਣਾ ਦੇ ਤੇ ਆ ਗਿਆ ਸਲਮਾ ਇਹ ਅਸੀਂ ਪਹੁੰਚੇ ਹਾਂ ਜੀ ਮਸਜਿਦ ਨੂਰੁਲ ਮੁਸਤਫਾ ਮੁਸਲਿਮ ਕਮਿਊਨਿਟੀ ਸੈਂਟਰ ਸਲਮਾ ਬੜਾ ਜ਼ਬਰਦਸਤ ਇਹ ਨਾਂ ਲਿਖੇ ਅਲਾਇਡ ਡਾਟੋਰ ਇਹ ਅਸ਼ੋਕ ਉੱਤੇ ਕਰ ਜੇ ਦੇਖੋ ਲਿਖੇ ਡਾਕਟਰ ਮੀਰ ਮੁਮਤਾਜ਼ ਅਲੀ ਫਾਊਂਡਰ ਐਂਡ ਕਸਟਡੀਅਨ ਰਜਿਸਟਰਡ ਡੇਟ 6 ਅਕਤੂਬਰ 2005 ਚਲੋ ਜੀ ਆਹ ਹੁਣ ਅਸ਼ੋਕ ਸਾਹਿਬ ਇਹ ਕੋਟ ਕਿਹੜਾ ਤੁਸੀਂ ਫੋਟੋਗ੍ਰਾਫਰ ਦੁਕਾਨੋਂ ਹੀ ਲੈਂਦੇ ਹੈ ਕਿ ਉਹ ਜਿਹੜੇ ਦੇ ਫੋਟੋਗ੍ਰਾਫਰ ਦੁਕਾਨੋਂ ਜਾਂਦੇ ਆ ਜਿਹੜਾ ਕਿਸ ਹੈ ਇੱਥੇ ਲਾਓ ਸੀ ਹੈਂ ਕਿਹਦੇ ਨੇ ਕੋਲ ਸੇ ਇਸਤਾ ਅਲ ਮੋਰ ਇਹ ਮਾਸਾ ਸਾਰੇ ਇਲਾਕੇ ਵਿੱਚ ਸਿੱਧਾ ਵੜੀਆਂ ਦੀ ਵੀਂਦੇ ਯਾਰ ਦੇ ਮੁਸਲਮਾਨ ਥੋੜਾ ਸਮ ਅਰਬੀ ਸ਼ਰਮ ਵਿੱਚ ਆ ਹੋ ਸਕਦਾ ਕਿ ਮੈਂ ਘਾਟਾ ਹੈ ਉਹ ਸਾਜੂ ਹੋ ਦੇ ਨਾ ਅਸਲਾਮੁ ਅਲੈਕੁਮ ਯਾਰ ਉਸਤਾਦ ਜੀ ਸੋਇਦ ਇਹ ਜਿਹੜੀ ਮਸੀਦ ਹੈ ਤੁਸੀਂ ਬਹੁਤ ਸਾਰੇ ਬੰਦੇ ਤੁਸਾਂ ਪਤਾ ਸੀ ਕਿ ਅਕਬਰਦੀਨ ਅਵੇਸੀ ਅਸਦੀਨ ਅਵੇਸੀ ਇਹ ਇੰਡੀਅਨ ਪਾਰਲੀਮੈਂਟੇਰੀਅਨ ਹਨ ਜਿਹੜੇ ਬਹੁਤ ਜ਼ਬਰਦਸਤ ਕਰਕੇ ਬੋਲਦੇ ਹਨ ਅਸੈਂਬਲੀ ਦੇ ਵਿੱਚ ਇਹ ਉਹਨਾਂ ਦੇ ਫੁੱਪਾ ਅਲ ਹਾਜ ਡਾਕਟਰ ਮੀਰ ਮੁਮਤਾਜ਼ ਅਲੀ ਮੀਰ ਮੁਮਤਾਜ਼ ਅਲੀ ਇਹ ਉਹਨਾਂ ਦੇ ਫੁੱਪਾ ਜੇ ਅਕਬਰਦੀਨ ਅਵੇਸੀ ਅਸਦੀਨ ਅਵੇਸੀ ਇਹ ਇੰਡੀਅਨ ਪਾਰਲੀਮੈਂਟੇਰੀਅਨ ਹਨ ਬੜਾ ਜ਼ਬਰਦਸਤ ਕਰਕੇ ਬੋਲਦੇ ਹਨ
ਤੇ ਉਹ ਕਸਟਡੀਅਨ ਹੈ ਇਸ ਤੇ ਤੇ ਉਹ ਫਾਊਂਡਰ ਵੀ ਇਸ ਮਸਜਿਦ ਦੇ ਇਹ ਸਾਡੇ ਉਸਤਾਦ ਜਿਹੜੀ ਉਧਰੋਂ ਹੀ ਇਹਨਾਂ ਦਾ ਤਾਲੁਕ ਹੈ ਤੇ ਜਮਲ ਅਜ਼ਰ ਉਧਰ ਪੀ ਜੀ ਮਾਸ਼ਾਅੱਲਾ ਕੀਤੀ ਹੈ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਅਲੱਗ ਕਿਸਮ ਦੇ ਮਤਲਬ ਉਸਤਾਦ ਹਨ ਤੇ ਸਾਡੀ ਖੁਸ਼ਕਿਸਮਤੀ ਅਸਲਾਮ ਉਸਤਾਦ ਜੀ ਵਾਹਿਗੁਰੂ ਜੀ ਆਪਕਾ ਇਸ ਪੇ ਗ੍ਰਾਮੀ ڈاکٹر محمد جلال رضا الازہری اچھا تو آپ کا کس علاقے سے تعلق ہے حیدرآباد حیدرآباد دکن سے ماشاء اللہ ماشاء اللہ تو آپ کی ایجوکیشن جو ہے کہاں کہاں کی ہے میں جامع نظامیہ سے عالم فاضل ہوں ماشاء اللہ اور جامع اظہر سے میں گریجویٹ ہوں ماشاء اللہ ماشاء اللہ اور کائرو یونیورسٹی سے میں ایم اے ہوں اور پی ایچ ڈی بھی ہوں ماشاء اللہ کس چیز میں پی ایچ ڈی کی ہے آپ نے میں میری پی ایچ ڈی اسلام اینڈ ہندوازم اسلام اور ہندوازم کے بارے ماشاء اللہ ماشاء اللہ اور جو یہ علاقہ ہے اس کا نام سلمہ ہے سلمہ ہے جی اور یہاں پہ مسلمانوں کی آبادی کس علاقے کے مسلمان ہیں عربی ہیں یمن کے لوگ ہیں زیادہ تر اور اس کے بعد افریقن امریکن کنورٹیڈ مسلم جی ماشاء اللہ ماشاء اللہ ماشاء اللہ ماشاء اللہ تو اچھی خاصی آبادی ہے یہاں پہ تھوڑی آبادی ہے آبادی تھوڑی ہے مسلمانوں کی تو اس علاقے میں کتنی مسجدیں ہیں یہاں اس علاقے میں ابھی دو مسجدیں ہیں دو مسجدیں ہیں جی تو یہ آپ کے انڈین مسلم کی جو ہے ان کے کسٹڈین وہ ہیں تو دوسری مسجد جو ہے وہ کن کی ہے وہ ایجپشین عرب اچھا عرب سے ماشاء اللہ ماشاء اللہ تو ہماری خوش قسمتی ہے کہ آپ دوبارہ ہمارے علاقے میں آ رہے ہیں ماشاء اللہ میں اصل میں آپ حضرات کا بے حد ممنون ہوں اور مشکور ہوں کہ مجھے پھر سے وہاں پہ خدمت کا موقع ملا ہے انشاءاللہ وہاں ہم خدمت کریں گے جوانوں نوجوانوں کے لیے اور خواتین کے لیے خصوصاً انشاءاللہ ماشاء اللہ تو کتنا علاقہ ہو گیا آپ آئی پہنچو گے یہاں پہ آئے تھے کتنا ٹائم یہاں پہ ہو گیا تقریباً چار سال کا چار سال جی یہ ہماری خوش قسمتی ہے اور ان چار سالوں میں ہم آپ کو یاد بھی کرتے رہے ہیں دعا بھی کرتے رہے ہیں کہ اللہ پاک آپ کو ہمارے علاقے میں دوبارہ لے کے آئیں کہ آپ ہم ہمارے بچے ہماری فیملی آپ سے مستفید ہو سکے انشاءاللہ ضرور خاص کر بچیاں انشاءاللہ ماشاء اللہ ماشاء اللہ انشاءاللہ ٹھیک ہے اسی چار سال تو چار سال پہلے ارشد صاحب نے آئے تھے استاد جی نے آدھے تھے اسی دعا بھی کرتے رہے اور بڑے خوش ہیں پورا سارا علاقہ جی کرے سارے مسجد میرے تقریباً بارہ سالوں چ میں نے استاد جی اگر دوبارہ دوسرا جمعہ پڑھا جائے اج اتوار ہے دو تیرے پڑھے جائے جمعہ میں نے دو مسیتی میں نے تے اسی بڑے خوش ہاں بہت زیادہ خوش ہاں اس خوشی دے موقع موقع تے ارشد صاحب میں آکھیا اسی تواڈے نال رہسا تے اسی استاد جی ہن ٹرسٹ کرنے تو اللہ خیر تو سان نالوں نال دسدا ٹھیک اسی ہن مسجد اس پہ پڑھنے بسم اللہ الرحمن الرحیم اللهم افتح لي ابواب رحمتك اچھا قطع الدنيا قليل میری جس سے بات ہوئی جس نے اپ کو لے کے آتے ہیں دین نماز پڑھنے کے لیے ان کا نام کیا ہے ڈاکٹر میر مصطفی بالخر میں وہی میں نے نمبر بھی دیا جی بات تو کہا میں نے کبھی کال نہیں کی لیکن یہ کون سن رہا ہے جی ماشاءاللہ ماشاءاللہ اچھا جی سامان سن لوڈ کر کے دے تقریباً اسی ادھر نکلے ہیں صبح 7:30 بجے تو 9:30 بجے پہنچے ہیں ہوں ٹائم آتا 11:05 رائے چلا خیر پیٹرول شٹرول بھی پاسا تو تقریباً میرے حساب سے 1:15 بجے ان شاء اللہ ادھر پہنچے سا تو سر رائے نال پھر اپڈیٹ کر دینے چلو خان چلو جی دروازہ پہلے بند کر فی الحال ہوتی کیوں نہیں پاس ہوتی ہے نہیں پاس ہونا میں تو کوئی سامان نہیں رکھا سٹار کر نا آپ نے ٹرک لگے لا سیون ایچ میں کون چلا سے سیون ایچ میں کون آج 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 بس صحیح صحیح آن جان آج
ਕਿ ਮੈਂ ਸਭ ਕਰਨ ਦੇਖਾਂ ਨਾ ਨਾ ਓਏ ਇਹ ਪਾਰ ਇਹ ਪਾ ਰਹੀ ਆ ਟਾਇਰ ਇੱਥੇ ਇਹ ਪਾਰ آن جا آن جا بس 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 دیکھی ٹائر لے بھی نہیں آرام نال جلی بسم اللہ الرحمن الرحیم ہم آتی کہیں گے چلو جی ਮੈਂ ਕਹਿੰਦਾ ਇਹ ਗਲੀਆਂ ਗਲੀਆਂ ਵੱਡੀ ਗਾੜੀ ਕਦੇ ਆਈ ਨਹੀਂ ਇਹ ਕੋਟੇ ਬਾਅਦ ਸਾਡਾ ਡੌਕਟਰ ਪਿਆ ਹੋਇਆ ਕੋਟ ਮੇਰੇ ਹੋਏ ਕੋਟ ਤੇ ਗਏ ਸਾਡੇ 117 ਡਾਲਾਂ ਕਹਿੰਦਾ ਕਦੇ ਕੰਮ ਸੇ ਕੰਮ ਆਏ ਕਿ 85 ਚੱਲ ਨਾ ਇਹ ਸਾਬੇ ਜ਼ਬਰਦਸਤ ਮਾਸ਼ਾਅੱਲਾ ਜੀ ਕਿੰਨੇ ਜ਼ਬਰਦਸਤ ਅਪਾਰਟਮੈਂਟ ਬਣੇ ਹਰ ਚੀਜ਼ ਬੜੀ ਪਿਆਰੀ ਅੱਲੇ ਦੇ ਫਜ਼ਲ ਨਾਲ ਅਮਜਦ ਸਾਹਿਬ ਜੀ ਅੱਲਾ ਖੁਸ਼ ਰੱਖੇ ਅੱਲਾ ਤਾਲਾ ਅੱਛਾ ਕਿਹੋ ਜਿਹਾ ਲੱਗਾ ਨੇ ਮਤਲਬ ਇਲਾਕਾ ਕਿਹੋ ਜਿਹਾ ਤੁਸਾਂ ਲੱਗਾ ਹੈ ਸਲਮਾ ਸਲਮਾ ਕੋ ਮਿਲ ਗਿਆ ਬਲਮਾ ਸਲਮਾ ਹਮਕੋ ਛੋੜ ਚਲੇ ਹਾਂ ਜੀ ਬੜਾ ਜ਼ਬਰਦਸਤ ਇਲਾਕਾ ਹੈ ਜੀ ਫੁੱਲ ਦੇ ਵਾਹ ਅੱਲਾ ਅਮਜਦ ਸਹੀ ਹੁੰਦਾ ਰਹਿੰਦਾ ਮੇਰੇ ਖਿਆਲ ਮਾਲ ਹੈ ਜੀ ਦੇਖਿਓ ਮਾਲ ਹੈ ਇਹ ਟਕਣਾ ਤੇਰੇ ਕੋਲ ਨੇ ਕਿਤੇ ਲਿਖੇ ਗੈਸ ਐਂਡ ਇਟ ਇਜ਼ ਫਿਊਲ ਓਨਲੀ ਹਲੋ
shut down half before it shut down. Pau. Mother boss. Yeah, I got the station. What's up, man? Today, I'm just having a call. Oji, throw it out to Carlos. They got some other ties. Is he back? Throw it. They can't. Yeah. Is that Carlos? No. Throw. So, raise it. Take. نا خارج سد تيك جا بانغاس ها صبر لا صبر او تكرس ترجع صوت بس اللاعب تيجي باتانه نه يا بو سخت ثانه انديانا ليزن وايلد ويست ادفنتشر यार गोविंदा भी होनी है वह ऐसा सोच रहा हूँ इंडियन इसमें ना एक इंडस्ट्री हाँ कंपनी तो चल रहा है अच्छा अंडर कंस्ट्रक्शन है वो अंडर कंस्ट्रक्शन है जी थ्री लैंड पे मेरा हेल्प आते हैं मेरे ख्याल दो मतलब एक इस पर से बंद सी दिया कुछ पर से बंद है दो लैंड पे हाँ क्योंकि बम्बई जी रोड है ना देखो रोड बम्बई जी है लाना देखो तो जी ऑनेस्ट है डरने पोल पर अगर क्या कर रहे हो वो कहने में कल कर देता तेर मैं या ब्रेक हो सकता है ब्रेक बट लाख क्या पाने हाँ हाँ नहीं उस्मान कितना साफ है वो क्योंकि ठंड है ना ठंड फिर भी ठंड है علاقہ میں بوندہ جی اور ٹینکر آؤٹ لیٹ ادھر امجد صاحب بنی کیسے سٹیشن گین باتھروم یوز کر دیا اے ڈیزو دے لگے ہیں ہاں تو ہاں دیا گو ہے موٹے ایسا کر پاہو تو ہاں دیا تو ہاں دیا گو ہے खान मन लगता है मैं भी हूँ मोसा को ठंड आने वाले जो ना गाड़ी कर रहे थे मैक्सिको थे कनाडा थे मजा आ गया कनाडा जो ना कनाडा तो बहुत अच्छा है पर कनाडा वहाँ को ठंड आने तो ना ओखा होता है ठंड आने तो ओखा होता है गर्मी आने यार तो मोगन यार तो फिर गर्मी ऐसे पाकिस्तान चले वाले फिर क्या कर ਬੱਚੇ ਘਰ ਵਾਤੇ ਨਿਸਾ ਦੇ ਪਿਆ ਹੋਇਆ ਤੇ ਫਿਰ ਮੈਂ ਸੱਜੇ ਪੁੱਤ ਗਾਣਾ ਵੇਤੇ ਨਾ ਸੱਜੇ ਵੇਦ ਕੋ ਮੈਂ ਦਈਆ ਮੈਂ ਬਹੁਤ ਟੁੱਟਰ ਪਿਆ ਜੀ Mixon 40 west the 85 south ja charlotte banda na ye alma madak banda 85
الالباما بالکل الالباما تو میں گیا سو تے صدا تیر موضوع میں گیا ایسا کراس کا کہ اٹلانٹا جورجیا کراس کر کے نا صدا تو میں گیا الالباما تا اج لوگ میں کہ جابل میں مر دے کل جابل نہ لکھا ہے کہ نا کیا لو پرنٹر نے مینوں کولے کرا مینوں کولے تے پھر مول گیا تھا وہ خان کو روڈ جوڑ کا دے ہو کافی دا پتہ تو کیڑا کیڑا پہ دا ہو ایڈ ویو گیا میں روڈ کلا نہ میں کہہ لیا نا خاص بنا تو خاص بنا میں اپ کو نا خاص بنا اپ کو خاص بنا ہوا ہے خاص بنا او دا بوکر دے او دے سو دے سو پکا کر رکھا تو ساڑی کو کتنا جڑا جو کھانی اپ کو تو کرے پوچھے والا ہے کہ کتنے ایک رہ ناشتہ کر کے گئے ہیں ہاں ناشتہ کر کے گئے ہیں اس نے پر بہت جلدی ناشتہ کر پھر جلدی بھوک بھی لگ جاتی ہے نا اور دے انشاءاللہ سے ڈیڑھ پوڑ دو نا نا تو اسا کرے نا کار میں لے سر میں ویسے ایل ڈی جو سامان آن سا کھلاؤ تے جو سامان لاؤ ہاں سان بڑی مہربانی کرو فارم کرے نا نہ میں ویسا ایل ڈی ہاں روٹی لا ٹائم نہیں ہوا ہاں جیسا ہے جی میں پکار رہی تھی اللہ کتنے بونا جی خیال خراب ہے ٹائم ہو گیا ڈیڑھ تقریباً 35-40 جاؤ رائے کر رہے ہیں پیٹرول شٹرول پالا تے ملاقات ان شاء اللہ اگلے بھی راہ چلو اب کہاں جا رہی ہے منا کہاں جا رہی ہے اسام ہاں کیا جو اللہ جو چل سلام علیکم و رحمۃ اللہ وبرکاتہ صاحب کیا اسپیکنگ اے جو تو سامان آ گیا استاد جی استاد جی نہیں چلو ٹھیک